ਵੀਡੀਓ ਦੇਖਣ ਤੋਂ ਪਹਿਲਾਂ ਸੱਚ ਦਾ ਸੁਨੇਹਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈਲ ਦੇ ਆਈਕਨ 'ਤੇ ਜ਼ਰੂਰ ਕਲਿੱਕ ਕਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਨਰਭਵਰ ਸਿੰਘ ਜੈਤੋ। ਕੁਲਬੀਰ ਨਰੂਆਣੇ ਦਾ ਸਵੇਰੇ ਕੁਲਬੀਰ ਨਰੂਆਣੇ ਦੇ ਸਾਥੀ ਵੱਲੋਂ ਕਤਲ ਕੀਤਾ ਜਾਂਦਾ। ਹੁਣ ਅਸੀਂ ਨਰੂਆਣਾ ਪਿੰਡ ਵਿਖੇ ਮੌਜੂਦ ਹਾਂ। ਨਰੂਆਣਾ ਪਿੰਡ ਦੇ ਵਸਨੀਕ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ, ਨਰੂਆਣਾ ਪਿੰਡ ਦੇ ਨਰੂਆਣਾ ਭਾਈ, ਸਾਡੇ ਅੱਗੇ ਬਾਹਰ ਦਾ ਮੁੰਡਾ ਸੀ, ਉਹ ਸਾਡੇ ਅੱਗੇ ਬਾਹਰ ਦਾ ਗੁਆਂਢਾ ਸੀ। ਕੀ ਘਟਨਾ ਕੀ ਵਾਪਰੀ ਸੀ? ਤੇਜ ਗਿਆ ਉਸ ਮੁੰਡੇ 'ਚ, ਉਹ ਨਾ ਰਹਿੰਦਾ, ਬਹੁਤ ਚਿਰ ਤੋਂ ਨਾ ਰਹਿੰਦਾ ਸੀ। ਉਹ ਤਿੰਨੇ ਕਰਕੇ ਉਹ ਤੂੰ ਤਾਂ ਝਿੜਦਾ ਸੀ, ਉਹ ਤਿੰਨੇ ਕੋਲ ਰਹਿੰਦਾ ਹੀ ਨਾਲ ਰਹਿਣੇ ਕਰਕੇ ਤੇ ਉਹ ਨਹੀਂ ਸੀ, ਧੋਖਾ ਕਰ ਗਿਆ ਮੁੰਡਾ। ਉਹ ਵਿਕ ਗਿਆ ਨਾ ਪਿੱਛੋਂ, ਚੱਲਦਾ ਚੱਲਦਾ ਵਿਕ ਗਿਆ। ਉਹ ਜਿਹੜਾ ਕੋਈ ਦੁਸ਼ਮਣ ਸੀ ਕੋਈ ਹੋਰ ਕੋਈ, ਉਹਨੇ ਪਤਾ ਲੱਗ ਗਿਆ ਵੀ ਇਹ ਕੰਮ ਕਰਕੇ ਜੇ ਹੋ ਗਿਆ। ਉਸ ਕੀ ਫਿਰ ਕੀ ਕੋਈ ਖਾਲਿਆ ਕੀ ਪਰਮਾਤਮਾ ਭੇਜਦੀ ਨੀ ਸੀ, ਤੜਕੇ ਹੱਥ ਨੇ ਰੋਜ਼ ਆਉਂਦਾ ਸੀ। ਹੁਣ ਤੂੰ ਮੇਰੇ ਕੋਲ ਤੜਕੇ ਹੱਥ ਨੇ ਰੋਜ਼ ਆ, ਮੈਨੂੰ ਤੇਰੇ ਚ ਕੀ ਪਾਪ ਹੈ? ਆਹ ਦੁੱਖ ਹੋਇਆ ਜੀ, ਤਜ ਗਿਆ ਉਹ। ਗਰੀਬਾਂ ਦਾ ਨਾ, ਜਿਵੇਂ ਮਾਂ ਪਿਓ ਮਰਿਆ ਹੁੰਦਾ, ਅੱਜ ਮਾਂ ਪਿਓ ਮਰ ਗਿਆ ਗਰੀਬਾਂ ਦਾ। ਇੱਕ ਇੱਕ ਕੁੜੀਆਂ ਦਾ ਵਿਆਹ ਕਰਦਾ ਸੀ ਲਾਕਡਾਊਨ ਦੇ ਵਿੱਚ। ਗੌਰਮੈਂਟ ਨੇ ਕਿਸੇ ਨੂੰ ਐਂ ਨਹੀਂ ਪੁੱਛਿਆ ਵੀ ਕਾਹਦੀ ਦਾਲ ਧਰਨੀ ਹੈ। ਦਾਲ, ਦੁੱਧ, ਖੰਡ, ਘਿਓ ਸਭ ਪਹੁੰਚਾਉਂਦੇ ਘਰੇ, ਰਾਸ਼ਨ ਵੀ ਭਾਈ ਤੂੰ ਖਾਓ ਲਾਕਡਾਊਨ ਦੇ ਵਿੱਚ। ਜੇ ਕੋਈ ਢਿੱਲਾ ਮੱਠਾ ਹੁੰਦਾ ਉਹਨੂੰ ਭਾਈ ਦਵਾਈ ਦਿੰਦਾ ਵੀ ਚੱਕ ਲੈ ਭਾਈ ਪੈਸੇ, ਮੈਂ ਤੇ ਕੋਈ ਪੈਸੇ ਲੈਣੇ, ਦਵਾਈ ਲੈ ਲਾ ਕੋਈ ਢਿੱਲਾ ਮੱਠਾ। ਇੰਨੀ ਗਰੀਬਾਂ ਦੀ ਹੈਲਪ ਕਰਤਾ ਸੀ, ਨੇੜੇ ਨੇੜੇ ਕੁੜੀਆਂ ਨੂੰ ਇਕੱਠੀਆਂ ਕਰਕੇ ਵਿਆਹ ਕਰਦਾ, ਇੱਕ ਇੱਕ ਕੁੜੀਆਂ ਦੇ ਵਿਆਹ ਕਰਦਾ, ਹਰੇਕ ਨੂੰ ਮਿੱਠ ਤਰ੍ਹਾਂ ਪਿਆਰ ਨਾਲ ਬੁਲਾਉਂਦਾ। ਕੋਈ ਵੱਡਾ ਕੋਈ ਅਮੀਰ ਹੈ, ਇੱਜ਼ਤ ਪੂਰੀ ਕਰਦਾ ਬੰਦੇ ਦੀ। ਕਿਵੇਂ ਦੇਖਦੇ ਹੋ ਕੁਲਬੀਰ ਦਾ ਕਤਲ? ਉਸਦੇ ਸਾਥੀ ਵੱਲੋਂ ਹੀ ਕੀਤਾ ਗਿਆ? ਹਾਂ, ਸਾਥੀ ਵੱਲੋਂ ਕੀਤਾ ਗਿਆ ਜੀ, ਉਸੇ ਵੱਲੋਂ ਉਸੇ ਵੇਲੇ ਜੀ ਕੀਤਾ ਗਿਆ ਜੀ। ਕੁੱਤੇ ਜੀ ਗਿਆ ਉਤੇ, ਕਈ ਸਾਲਾਂ ਤੋਂ ਰਹਿ ਰਿਹਾ ਸੀ ਬਾਈ, ਖਾਂਦੇ ਪੀਂਦੇ ਸੀ ਇਕੱਠੇ, ਬਹਿੰਦੇ ਉੱਠਦੇ ਸੀ। ਹੁਣ ਆਪਾਂ ਮੰਨ ਲਓ ਬੰਦਾ ਇੰਨੇ ਚਿਰ ਦਾ ਨਾਲ ਰਹਿੰਦਾ, ਇੱਕੇਦਮ ਵਿਸ਼ਵਾਸ ਐਂ ਉੱਠਦਾ ਵੀ ਨਹੀਂ। ਮੰਨ ਲਓ ਆਪਾਂ ਵਿਸ਼ਵਾਸ ਕਰ ਵੀ ਨਹੀਂ ਸਕਦੇ ਵੀ ਇਹ ਬੰਦਾ ਧੋਖਾ ਕਰ ਸਕਦਾ। ਗਰੀਬਾਂ ਦਾ ਤਾਂ ਮਸੀਹਾ ਸੀਗਾ ਜੀ ਇੱਕ, ਬਸ ਅੱਜ ਤੱਕ ਵੀ ਗਰੀਬ ਤਾਂ ਮਤਲਬ ਮੰਨ ਲਓ ਰੋਣ ਜੋਗੀ ਰਹਿ ਗਏ। ਮੇਰੇ ਮਾਸੀ ਜੀ ਦੇ ਕੈਂਸਰ ਸੀ, ਜਦੋਂ ਮੇਰਾ ਚਾਚਾ ਜੀ ਉਹਨਾਂ ਕੋਲ ਜਾਂਦਾ ਉਹਦੀ ਉਹਨਾਂ ਨੂੰ ਪੈਸੇ ਦੇਣੇ, ਕਹਿੰਦਾ ਮੈਂ ਕੁਛ ਨਹੀਂ ਲੈਣਾ ਗਾ। ਵੀ ਮੰਨ ਲਓ ਅੱਜ ਤੋਂ ਗਰੀਬਾਂ ਦਾ ਤਾਂ ਜੀ ਮਸੀਹਾ ਮਾਰੀ ਗਏ, ਦੁਬਾਰਾ ਨਾ ਤਾਂ ਕੋਈ ਆਉਣਾ, ਨਾ ਹੀ ਜੰਮਿਆ, ਨਾ ਹੀ ਜੰਮਣਾ ਗਾ ਇਸ ਦੁਨੀਆਂ 'ਤੇ। ਇੰਨਾ ਘਾਟਾ ਪਿਆ, ਸੁਭਾਅ ਦਾ ਕੋਈ ਜਾਵੜੇ, ਗਰੀਬ ਅਮੀਰ 100 ਕਿੱਲੇ ਦਾ ਮਾਲਕ, ਚਾਹ ਤੋਂ ਬਿਨਾਂ ਉਹਨੇ ਮੋੜਨਾ ਨਹੀਂ ਸੀ, ਬਿਲਕੁਲ ਬਰਾਬਰ ਆਪਦੇ ਬਹਾਉਣਾ ਸੀਗਾ। ਬਿਲਕੁਲ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿਸੇ ਦੀ ਕੁੜੀ ਦਾ ਰੌਲਾ ਜਾਂ ਕੋਈ ਰੌਲਾ, ਬਹਿ ਕੇ ਹੱਥ ਬੰਨ ਕੇ ਬੇਨਤੀ ਕਰਕੇ ਨਿਮੇੜਨਾ। ਸਾਡੇ ਪਿੰਡ ਦਾ ਬੰਦਾ ਕੋਈ ਠਾਣੇ ਨਹੀਂ ਜਾਂਦਾ, ਛਤਰ ਠਾਣੇ ਨਹੀਂ ਜਾਂਦਾ ਸੀ। ਇੱਥੇ ਵੀ ਪਿੰਡ 'ਚ ਨਹੀਂ ਨਿਮੇੜਦੇ ਉਹਦੇ ਕੋਲ ਜਾਂਦੇ ਹੋ, ਜੇ ਮੰਨ ਲਓ ਕੋਈ ਕੁੜੀ ਦਾ ਪ੍ਰਾਹੁਣਾ ਤਰਾਉਣਾ ਤੰਗ ਕਰਦਾ ਗਾ, ਉਹਨਾਂ ਨੂੰ ਹੱਥ ਬੰਨ ਦਿੰਦਾ ਸੀ ਵੀ ਮੇਰੀ ਤੁਸੀਂ ਇੱਜ਼ਤ ਰੱਖ ਲਓ। ਉਹ ਬਿਲਕੁਲ ਜਾ ਵੜਦੇ ਸੀ, ਬਹੁਤ ਵਧੀਆ। ਮੰਨ ਲਓ ਵੀ ਕੁੜੀਆਂ ਕਤਰਾਂ ਦੇ ਹੁਣ ਵਿਆਹ ਕੀਤੇ ਸੀ, ਹੁਣ ਗਾਂਹ ਉਹਨੇ ਸੋਚ ਰੱਖਿਆ ਸੀ ਵੀ ਮੈਂ 51 ਕੁੜੀਆਂ ਦੇ ਵਿਆਹ ਕਰੂੰਗਾ, ਐਤਕੀ 31 ਦੇ ਕਰੇ ਸੀ ਗਾਂਹ ਨੂੰ 52 ਦੇ। ਉਹ ਮਤਲਬ ਸੋਚ ਤਾਂ ਉਹਦੀ ਬਹੁਤ ਸੀਗੀ ਗੱਲ ਕਰਨ, ਮਤਲਬ ਜਿਹੜੇ ਹੁਣ ਇਨਸਾਨ ਹੁੰਦੇ ਆ ਵੀ ਮੰਨ ਲਓ ਨਾਲ ਦੇ ਗਰਦਾਰੀ, ਉਹ ਵਿਕਿਆ ਥੋੜ੍ਹੇ ਟਾਈਮ ਦਾ ਹੀ ਸੀ। ਹੁਣ ਜਦੋਂ ਉਹਨਾਂ 'ਤੇ ਗੋਲੀ ਦਾ ਅਟੈਕ ਹੋਇਆ, ਉਦੋਂ ਬਾਅਦ ਉਹ ਵਿਕ ਗਿਆ। ਕੱਲ੍ਹ ਵੀ ਆਇਆ ਸ਼ਾਮ ਨੂੰ, ਰੋਟੀ ਪਾਣੀ ਖਾਧਾ ਉਹਨਾਂ ਦੇ ਨਾਲ, ਮੰਨ ਲਓ ਬੈਠਾ ਗਾ, ਅਤੇ ਅੱਜ ਵੀ ਆਇਆ ਸਵੇਰੇ ਸਵੇਰੇ ਮੰਨ ਲਓ ਗੱਡੀ 'ਚ ਬਹਿ ਕੇ ਜਦੋਂ ਆਪਾਂ ਨੂੰ ਐਂ ਵਿਸ਼ਵਾਸ ਆਪਾਂ ਇੱਕ ਦੂਜੇ ਨੂੰ ਫਿਰ ਹੀ ਚੀਜ਼ ਫੜਾਵਾਂਗੇ, ਉਹਨਾਂ ਨੇ ਅਸਲਾ ਉਹਨਾਂ ਨੂੰ ਫੜਾਤਾ, ਅਤੇ ਬਸ ਜਦੋਂ ਉਤਰਨ ਲੱਗ ਗਿਆ, ਮੰਨ ਲਓ ਪਿੱਠ ਪਿੱਛੇ ਵਾਰ ਕੀਤਾ ਜੀ, ਆਹਮਣੋ ਸਾਹਮਣੇ ਆ ਜਾਂਦਾ, ਸਾਨੂੰ ਕੋਈ ਵੀ ਦੁੱਖ ਨਹੀਂ ਸੀ, ਕਿਸੇ ਗੱਲ ਦਾ ਦੁੱਖ ਨਹੀਂ ਹੋਣਾ ਸੀ। ਜੇ ਸਾਹਮਣੋਂ ਟੱਕਰ ਹੋ ਜਾਂਦੀ ਮਰ ਜਾਂਦਾ, ਕੋਈ ਦੁੱਖ ਨਹੀਂ ਸੀ। ਹੁਣ ਸਾਨੂੰ ਇਹੀ ਦੁੱਖ ਰੜਕਦਾ ਰਹੂ ਵੀ ਨਾਲ ਖਾ ਪੀ ਕੇ ਬੰਦੇ ਨੇ ਗਦਾਰੀ ਕੀਤੀ। ਹੁਣ ਆਪਾਂ ਐਂ ਦੱਸੋ ਵਿਸ਼ਵਾਸ ਕੀ ਤਾਂ ਕਰਾਂਗੇ, ਕਰ ਸਕਦੇ ਕਿਸੇ 'ਤੇ ਵਿਸ਼ਵਾਸ? 10 ਸਾਲਾਂ ਤੋਂ ਬੰਦਾ ਨਾਲ ਰਹਿ ਰਿਹਾ ਅਤੇ 1 ਮਿੰਟ 'ਚ ਇਹਨੂੰ ਵਿਸ਼ਵਾਸ ਘੱਟ ਕਰਤਾ, ਹੁਣ ਵਿਸ਼ਵਾਸ ਕਰਨ ਦਾ ਕੋਈ ਰਹਿ ਗਿਆ ਕਿਤੇ ਥਾਂ? ਜੀ ਕੀ ਕਹਿਣਾ ਚਾਹੁੰਦੇ ਹੋ, ਇਸ ਦੇ ਪਿੱਛੇ ਸਾਜਿਸ਼ ਆ ਕੋਈ ਹੋਰ ਆ ਮੰਨਣਾ? ਬਿਲਕੁਲ ਸਾਜਿਸ਼ ਆ ਜੀ, ਕਿਸੇ ਦੀ ਨੋਕ 'ਤੇ ਉਹ ਬੰਦਾ ਚੜਿਆ ਹੋਇਆ ਸੀ, ਵਿਕਿਆ ਹੋਇਆ ਸੀਗਾ। ਬਿਲਕੁਲ ਅਸੀਂ ਕਹਿੰਦੇ, ਸਾਰਾ ਪਿੰਡ ਕਹਿੰਦੇ ਹੈਗੇ, ਬਿਲਕੁਲ ਉਹ ਵਿਕਿਆ ਹੋਇਆ ਬੰਦਾ ਸੀਗਾ, ਉਹਦੇ ਨਾਲ ਸਾਡਾ ਇਨਸਾਫ ਹੋਣਾ ਚਾਹੀਦਾ, ਠੀਕ ਹੈ ਜੀ? ਉਹਨਾਂ ਨੂੰ ਪੂਰੀ ਤੋਂ ਪੂਰੀ ਸਜ਼ਾ ਹੋਣੀ ਚਾਹੀਦੀ ਹੈ।
ਬਿਲਕੁਲ ਤੇ ਗੱਲ ਕਰ ਗਰੀਬਾਂ ਦਾ, ਮਸੀਹਾ ਮਰ ਗਿਆ ਅੱਜ ਤੋਂ ਜੀ, ਗਰੀਬ ਤਾਂ ਹੁਣ ਰੋਣ ਯੋਗ ਹੀ ਰਹਿ ਗਏ ਬਸ ਆਟੋਮੈਟਿਕ ਹੀ ਆ। ਮਤਲਬ ਅੱਜ ਕਿਸੇ ਨੇ ਚਾਹ ਪਾਣੀ ਨਹੀਂ ਘਰੇ ਕੀਤਾ ਸਾਡੇ ਪਿੰਡ 'ਚ, ਸਾਰੇ ਬੰਦੇ ਉੱਥੇ ਸ਼ਮਸ਼ਾਨ ਘਾਟ ਤੇ ਹਰੇਕ ਦੇ ਘਰੇ ਦੇਖ ਲਓ ਚਾਹ ਪਾਣੀ ਉਵੇਂ ਪਿਆ, ਕਿਸੇ ਨੇ ਰੋਟੀਆਂ ਨਹੀਂ, ਕੋਈ ਰੋਟੀਆਂ ਨਹੀਂ ਪਕਾਉਂਦਾ ਸਾਡੇ ਅੱਜ, ਸਵੇਰ ਦੇ ਸਾਰੇ ਲੋਕ ਜਿਕਰ ਬੈਠੇ ਚੱਪਰ ਚੱਪਰ ਬੈਠਿਆ, ਇਹ ਗੱਲ ਹੋ ਕਿਵੇਂ ਭਾਣਾ ਕੀ ਵਰਤਿਆ ਉਹਦੇ ਨਾਲ। ਬਿਲਕੁਲ ਏਡਾ ਬੰਦਾ ਪੁੰਨ ਧਰਮ ਕਰਦਾ ਸੀ, ਗਰੀਬਾਂ ਤੇ ਹਾਇਆ ਕਰਦਾ ਸੀ, ਵਿਆਹ ਪਰਮਾਤਮਾ ਨੇ ਕੀ ਭਾਣਾ ਵਰਤਾ ਤਾ। ਚਲੋ ਜੇ ਆਪਾਂ ਮੰਨਦੇ ਮਾੜੀ ਮਾੜੀ ਲੱਤ ਬਾਂਹ ਟੁੱਟ ਜਾਂਦੀ ਬਗੈਰ ਬੈਠਾ ਰਹਿੰਦਾ, ਚਲੋ ਕੋਈ ਵਿਰੋਧੀ ਦੁਸ਼ਮਣ ਤੇ ਆ ਜਾਂਦੀ ਉਹ ਯਕੀਨ ਤਾਂ ਕਰ ਸਕਦੇ ਸੀ, ਹੁਣ ਜਦੋਂ ਨਾਲ ਖਾਂਦਾ ਪੀਂਦਾ ਬੰਦੇ ਤੇ ਕਿਵੇਂ ਵਿਸ਼ਵਾਸ, ਮੰਨ ਲਓ ਉਹਨਾਂ ਦੀ ਦੁਸ਼ਮਣੀ ਸੀਗੀ ਆਪਾਂ ਮੰਨਦੇ ਹਾਂ ਹੋਊਗੀ, ਵੀ ਉਹ ਵਿਰੋਧੀ ਤੇ ਆ ਜਾਂਦੀ ਅਮਨ ਸਾਹਮਣੇ ਟੱਕਰ ਹੋ ਜਾਂਦੀ ਅਟੈਕ ਕਰ ਦਿੰਦੇ ਅਸੀਂ ਮੰਨ ਲੈਂਦੇ, ਹੁਣ ਉਹ ਬੰਦੇ ਤੇ ਕਿਵੇਂ ਅਸੀਂ ਮੰਨੀਏ ਵੀ ਕੀ ਇਹ ਪਾਣਾ ਵਰਤ ਗਿਆ, ਬਿਲਕੁਲ ਨਾਲ ਖਾ ਪੀ ਕੇ ਬੰਦੇ ਨੇ ਉਹ ਕੀਤਾ ਹੀ ਲੜਾਈ। ਹਾਂ ਹੁਣ ਮੰਨ ਲਓ ਇੱਥੇ ਆਪਣੀ ਲੜਾਈ ਹੈ ਸਾਡੀ, ਬੰਦਾ ਸਾਹਮਣੇ ਆ ਜਾਵੇ ਬਿਸ਼ੱਕ ਜਮਾਂ ਮਾਰ ਦੇ, ਹੁਣ ਉਹ ਬੰਦੇ ਨੇ ਇੱਕ ਤਾਂ ਪਿੱਠ ਪਿੱਛੇ ਵਾਰ ਕੀਤਾ, ਉਹਨਾਂ ਦਾ ਮੂੰਹ ਇੱਧਰ ਨੂੰ ਸੀ, ਪਿੱਠ ਪਿੱਛੇ ਗੋਲੀ ਚਲਾਈ ਆ, ਅਤੇ ਵਿਕ ਕੇ ਉਹਨੇ ਸਾਰਾ ਕੁਛ ਇਹ ਕੀਤਾ ਹੋਇਆ ਜੀ। ਅਸੀਂ ਤਾਂ ਕਹਿੰਦੇ ਪੂਰਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ, ਸਾਡੀ ਬੇਨਤੀ। ਇਹ ਸਨ ਪਿੰਡ ਨਰੂਆਣਾ ਦੇ ਲੋਕ, ਤੁਸੀਂ ਜਿਵੇਂ ਦੇਖਿਆ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਕੁਲਵੀਰ ਨਰੂਆਣਾ ਦੀ ਮੌਤ ਤੋਂ ਬਾਅਦ। ਲਾਈਵ ਤਸਵੀਰਾਂ ਤੁਸੀਂ ਸੱਚ ਦਾ ਸੁਣਿਆ ਅਤੇ ਦੇਖ ਰਹੇ ਹੋ, ਤੁਹਾਨੂੰ ਦੁਬਾਰਾ ਦੱਸ ਦਈਏ ਕਿ ਅੱਜ ਸਵੇਰੇ ਕੁਲਵੀਰ ਨਰੂਆਣਾ ਦਾ ਕਤਲ ਉਸਦੇ ਸਾਥੀ ਵੱਲੋਂ ਕੀਤਾ ਗਿਆ। ਮੰਨਾ ਸੰਧੂ ਕਾਫੀ ਸਮੇਂ ਦਾ ਉਸ ਨਾਲ ਰਹਿ ਰਿਹਾ ਸੀ ਅਤੇ ਅੱਜ ਸਵੇਰੇ ਮੰਨਾ ਸੰਧੂ ਉਸ ਕੋਲ ਆਇਆ ਅਤੇ ਉਸ ਨੂੰ ਬਾਹਰ ਬੁਲਾਇਆ ਅਤੇ ਗੱਡੀ ਵਿੱਚ ਕੁਲਵੀਰ ਨਰੂਆਣੇ ਨੂੰ ਲੈ ਕੇ ਗਿਆ ਅਤੇ ਉੱਥੇ ਕੁਲਵੀਰ ਨਰੂਆਣੇ ਦਾ ਕਤਲ ਕੀਤਾ ਗਿਆ। ਲਾਈਵ ਤਸਵੀਰਾਂ ਤੁਸੀਂ ਲਗਾਤਾਰ ਸੱਚ ਦਾ ਸੁਣਿਆ ਅਤੇ ਦੇਖ ਰਹੇ ਹੋ। ਪਹਿਲਾਂ ਤੁਹਾਨੂੰ ਦਿਖਾਇਆ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਇੱਥੇ ਆਏ ਸੀ, ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਕੁਲਵੀਰ ਨਰੂਆਣਾ ਬਹੁਤ ਚੰਗਾ ਇਨਸਾਨ ਸੀ ਅਤੇ ਕੁਲਵੀਰ ਨਰੂਆਣੇ ਦਾ ਕਤਲ ਕਿਸੇ ਸਿਆਸੀ ਕਾਰਨਾਂ ਕਰਕੇ ਕੀਤਾ ਗਿਆ। ਤੁਹਾਨੂੰ ਫਿਰ ਦੱਸ ਦਈਏ ਕਿ ਕੁਲਵੀਰ ਨਰੂਆਣੇ ਦਾ ਪਿਛਲੇ ਦਿਨ ਕੁਲਵੀਰ ਨਰੂਆਣੇ 'ਤੇ ਫਾਇਰਿੰਗ ਹੋਈ ਬੁਲਟ ਪਰੂਫ ਗੱਡੀਆਂ ਹੋਣ ਕਾਰਨ ਕੁਲਵੀਰ ਨਰੂਆਣਾ ਉਦੋਂ ਬਚ ਗਿਆ। ਹਾਂਜੀ ਉੱਧਰ ਹਾਂਜੀ ਹਾਂਜੀ ਲਗਾਤਾਰ ਤੁਸੀਂ ਸੱਚ ਤੋਂ ਸੁਣਿਆ ਅਤੇ ਜੁੜੇ ਹੋਏ ਹੋ। ਤੁਹਾਨੂੰ ਦੱਸੀਏ ਕਿ ਕੁਲਵੀਰ ਨਰੂਆਣੇ 'ਤੇ ਪਿਛਲੇ ਦਿਨ ਗੋਲੀਆਂ ਚਲਾਈਆਂ ਗਈਆਂ, ਬੁਲਟ ਪਰੂਫ ਗੱਡੀਆਂ ਹੋਣ ਕਰਕੇ ਕੁਲਵੀਰ ਨਰੂਆਣਾ ਉਦੋਂ ਬਚ ਗਿਆ। ਉਸ ਤੋਂ ਬਾਅਦ ਕੁਲਵੀਰ ਨਰੂਆਣਾ 'ਤੇ ਗੋਲੀਆਂ ਚੱਲਣ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਭੱਲਾ ਸੇਖੂ ਵੱਲੋਂ ਲਈ ਗਈ। ਭੱਲਾ ਸੇਖੂ ਦਾ ਕਹਿਣਾ ਸੀ ਕਿ ਕੁਲਵੀਰ ਨਰੂਆਣਾ ਬੁਲਟ ਪਰੂਫ ਗੱਡੀਆਂ ਕਰਕੇ ਬਚ ਗਿਆ, ਆਏ ਤਾਂ ਅਸੀਂ ਉਹਨੂੰ ਮਾਰਨ ਸੀ। ਲਗਾਤਾਰ ਤੁਸੀਂ ਜੁੜੇ ਹੋਏ ਹੋ ਸੱਚ ਦਾ ਸੁਣਿਆ ਨਾਲ। ਹੁਣੇ ਕੁਝ ਸਮਾਂ ਪਹਿਲਾਂ ਕੁਲਵੀਰ ਨਰੂਆਣਾ ਦਾ ਇੱਥੇ ਹੀ ਸੰਸਕਾਰ ਹੋਇਆ ਹੈ। ਕੁਲਵੀਰ ਨਰੂਆਣਾ ਦੇ ਪਿੰਡ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਕੁਲਵੀਰ ਅੱਜ ਮਰਿਆ ਤਾਂ ਗਰੀਬਾਂ ਦਾ ਮਸੀਹਾ ਮਰ ਗਿਆ। ਉਹਨਾਂ ਨੇ ਪ੍ਰਸ਼ਾਸਨ ਤੋਂ ਵੀ ਇਨਸਾਫ ਦੀ ਮੰਗ ਕੀਤੀ ਆ। ਲਗਾਤਾਰ ਲਾਈਵ ਤੁਸੀਂ ਸੱਚ ਦਾ ਸੁਣਿਆ ਨਾਲ ਜੁੜੇ ਹੋਏ ਹੋ। ਇੱਥੇ ਨਰੂਆਣਾ ਪਿੰਡ ਵਿਖੇ ਗੁਰਦੁਆਰਾ ਸਾਹਿਬ ਵਿੱਚ ਲਾਣੀਆਂ ਦਾ ਪਾਠ ਵੀ ਹੋ ਰਿਹਾ ਹੈ। ਲਗਾਤਾਰ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਪਿੰਡ ਦੀਆਂ ਦਿਖਾ ਰਹੇ ਹਾਂ, ਪਿੰਡ ਵਾਸੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਕੁਲਵੀਰ ਨਰੂਆਣਾ ਦੇ ਪਿੰਡ ਤੋਂ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸੱਚ ਦਾ ਸੁਣਿਆ ਨਾਲ ਜੁੜੇ ਰਹੋ। ਕੈਮਰਾਮੈਨ ਹਰੀਪਾਲ ਵਿੱਕੀ ਅਤੇ ਵਿੱਕੀ ਸਿੰਘ ਦੇ ਨਾਲ ਨਰਪ੍ਰੀਤ ਸਿੰਘ ਜੈਤੋ ਸੱਚ ਦਾ ਸੁਣਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਰਪ੍ਰੀਤ ਸਿੰਘ ਜੈਤੋ। ਕੁਲਬੀਰ ਨਰੂਆਣੇ ਦਾ ਸਵੇਰੇ ਕੁਲਬੀਰ ਨਰੂਆਣੇ ਦੇ ਸਾਥੀ ਵੱਲੋਂ ਕਤਲ ਕੀਤਾ ਜਾਂਦਾ, ਹੁਣ ਅਸੀਂ ਨਰੂਆਣਾ ਪਿੰਡ ਵਿਖੇ ਮੌਜੂਦ ਹਾਂ।
ਨਰੂਆਣਾ ਪਿੰਡ ਦੇ ਵਸਨੀਕ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ ਨਰੂਆਣਾ ਪਿੰਡ ਦੇ? ਨਰੂਆਣਾ ਭਾਈ ਸਾਡੇ ਗਬਾਰ ਦਾ ਮੁੰਡਾ ਸੀ, ਉਹ ਸਾਡੇ ਗਬਾਰ ਦਾ ਗਵਾਂਢ ਸੀ। ਕੀ ਘਟਨਾ ਕੀ ਵਾਪਰੀ ਸੀ? ਕਪੜਾ ਜੀ ਉੱਤੇ ਗਿਆ ਉਸ ਮੁੰਡੇ 'ਚ, ਉਹ ਉਹ ਨਾ ਰਹਿੰਦਾ, ਬਹੁਤ ਚਿਰ ਤੋਂ ਨਾ ਰਹਿੰਦਾ ਸੀ, ਉਹ ਝਿਜਨੇ ਕਰਕੇ ਉਹ ਤੂੰ ਤਾਂ ਝਿਜਦਾ ਸੀ, ਉਹ ਝਿਜਨੇ ਕੋ ਰਹਿੰਦਾ ਹੀ ਨਾਲ ਰਹਿਣੇ ਕਰਕੇ ਤੇ ਉਹ ਨਹੀਂ ਸੀ, ਧੋਖਾ ਕਰ ਗਿਆ ਮੁੰਡਾ। ਉਹ ਵਿਕ ਗਿਆ ਨਾ ਪਿੱਛੋਂ, ਚੱਲਦਾ ਚੱਲਦਾ ਵਿਕ ਗਿਆ, ਉਹ ਜਿਹਾ ਇੱਕ ਦੁਸ਼ਮਣ ਸੀ ਕੋਈ ਹੋਰ ਕੋਈ, ਉਹਨੂੰ ਪਤਾ ਲੱਗ ਗਿਆ ਵੀ ਇਹ ਕੰਮ ਕਰਕੇ ਜਾਊਗਾ, ਉਹ ਕੀ ਫਿਰ ਕੀ ਕੋਈ ਖਲਿਆ ਕੀ ਪਤਾ ਨਹੀਂ ਸੀ। ਤੜਕੇ ਆਥਣੇ ਰੋਜ਼ ਆਉਂਦਾ ਸੀ, ਹੁਣ ਤੂੰ ਮੇਰੇ ਕੋਲ ਤੜਕੇ ਆਥਣੇ ਰੋਜ਼ ਆ, ਮੈਨੂੰ ਤੇਰੇ ਚ ਕੀ ਪਾਪਾ, ਆਹ ਦੁੱਖ ਹੋਇਆ ਜੀ। ਤਜ ਗਿਆ ਉਹ, ਸੁਭਾਅ ਕਿਹੋ ਜਿਹਾ ਸੀ? ਨਾ ਤਾਂ ਦੁਨੀਆਂ ਤੇ ਜੰਮੇ ਤੇ ਨਾ ਹੀ ਆਵੇ, ਬਸ ਗੱਲ ਮੁੱਕ ਗਈ। ਉਹਦਾ ਗਰੀਬਾਂ ਦਾ ਨਾ, ਜਿਵੇਂ ਮਾਂ ਪਿਓ ਮਰਿਆ ਹੁੰਦਾ, ਅੱਜ ਮਾਂ ਪਿਓ ਮਰ ਗਿਆ ਗਰੀਬਾਂ ਦਾ, ਇੱਕ ਇੱਕ ਕੁੜੀਆਂ ਦਾ ਵਿਆਹ ਕਰਦਾ ਸੀ। ਲਾਕਡਾਊਨ ਦੇ ਵਿੱਚ ਗੌਰਮੈਂਟ ਨੇ ਕਿਸੇ ਨੂੰ ਐਂ ਨਹੀਂ ਪੁੱਛਿਆ ਵੀ ਕਾਹਦੀ ਦਾਲ ਧਰਨੀ ਹੈ, ਦਾਲ ਦੁੱਧ ਖੰਡ ਘਿਓ ਸਭ ਪਹੁੰਚਾਉਂਦੇ ਘਰੇ, ਰਾਸ਼ਨ ਵੀ ਭਾਈ ਤੂੰ ਖਾਓ ਲਾਕਡਾਊਨ।